ਸਤਿ ਸ਼੍ਰੀ ਅਕਾਲ ਜੋਤਿਸ਼ ਸ਼ਾਸਤਰ ਦੇ ਉੱਤੇ ਸਾਡਾ ਖਾਸ ਪ੍ਰੋਗਰਾਮ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੋਤਿਸ਼ ਦੀ, ਗੱਲ ਕਰਦੇ ਹਾਂ ਜੋਤਿਸ਼ ਦੇ ਨਾਲ ਜੁੜੀ ਹੋਈ ਜਾਣਕਾਰੀ ਦੀ, ਗੱਲ ਕਰਦੇ ਹਾਂ ਜੋਤਿਸ਼ ਦੇ ਹਰ ਉਸ ਨੁਕਤੇ ਦੀ ਜੋ ਇਨਸਾਨੀ ਜੀਵਨ ਦੇ ਉੱਤੇ ਪ੍ਰਭਾਵ ਪਾਉਂਦਾ ਅਤੇ ਕਿਸ ਤਰ੍ਹਾਂ ਉਸ ਪ੍ਰਭਾਵ ਤੋਂ ਬਚਿਆ ਜਾ ਸਕਦਾ, ਕੀ ਉਪਾਅ ਕੀਤੇ ਜਾ ਸਕਦੇ ਨੇ, ਇਸ ਦੇ ਉੱਤੇ ਵੀ ਗੱਲਬਾਤ ਕੀਤੀ ਜਾਂਦੀ ਹੈ। ਇਸ ਚਰਚਾ ਦੇ ਸਾਡੇ ਨਾਲ ਸ਼ਾਮਿਲ ਹੋਏ ਨੇ ਜੋਤਿਸ਼ਾਚਾਰਿਆ ਵਿਕਾਸ ਮਿੱਤਲ ਜੀ। ਮਿੱਤਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮਿੱਤਲ ਸਾਹਿਬ, ਪਿਛਲੇ ਅਸੀਂ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਰਾਹੂ ਦੀ, ਤਾਂ ਰਾਹੂ ਦੇ ਨਾਲ ਹੀ ਕੇਤੂ ਨੂੰ ਜੋੜ ਕੇ ਦੇਖਿਆ ਜਾਂਦਾ। ਅੱਜ ਅਸੀਂ ਜਾਣਨਾ ਚਾਹਾਂਗੇ ਕਿ ਕੇਤੂ ਇਨਸਾਨੀ ਜੀਵਨ ਦੇ ਉੱਤੇ ਕੀ ਪ੍ਰਭਾਵ ਪਾਉਂਦਾ ਹੈ ਅਤੇ ਅਸਲ ਦੇ ਵਿੱਚ ਕੇਤੂ ਗ੍ਰਹਿ ਹੈ ਕੀ। ਬਿਲਕੁਲ ਧਰਮਿੰਦਰ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਰਾਹੂ ਨੂੰ ਕੇਤੂ ਦੇ ਨਾਲ ਦੇਖਿਆ ਜਾਂਦਾ। ਦੋਨੋਂ ਗ੍ਰਹਿ ਆਪਸ ਵਿੱਚ ਕਾਫੀ ਸੰਬੰਧ ਹੈ। ਅਗਰ ਤੁਸੀਂ ਕੇਤੂ ਨੂੰ ਸਮਝਣਾ ਤਾਂ ਰਾਹੂ ਨੂੰ ਸਮਝਣਾ ਪਏਗਾ, ਅਗਰ ਰਾਹੂ ਨੂੰ ਸਮਝਣਾ ਤਾਂ ਕੇਤ ਨੂੰ ਸਮਝਣਾ ਪਏਗਾ। ਮੈਂ ਆਪਣੇ ਲਾਸਟ ਐਪੀਸੋਡ 'ਚ ਗੱਲ ਕੀਤੀ ਸੀ ਕਿ ਰਾਹੂ ਅਤੇ ਕੇਤੂ ਦੀ ਉਤਪਤੀ ਕਿਵੇਂ ਹੋਈ ਜੀ। ਇੱਕ ਸਵਰਮਾਨ ਨੂੰ ਰਾਕਸ਼ ਦਾ ਵਿਸ਼ਨੂੰ ਜੀ ਨੇ ਜਦੋਂ ਸਿਰ ਕੱਟਿਆ ਸੀ ਤਾਂ ਇੱਕ ਸਰ ਉਸਦਾ ਰਾਹੂ ਬਣ ਗਿਆ ਸੀ, ਤਾਂ ਧਾੜੂ ਦਾ ਕੇਤੂ ਬਣ ਗਿਆ ਜੀ। ਤਾਂ ਆਪਾਂ ਨੇ ਇਸ ਬਾਰੇ ਗੱਲ ਕੀਤੀ ਸੀ। ਉਸ ਤਰ੍ਹਾਂ ਹੀ ਅਗਰ ਆ ਕੇ ਤੁਸੀਂ ਕੇਤੂ ਨੂੰ ਸਮਝਣਾ ਤਾਂ ਰਾਹੂ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ। ਪਰ ਆਪਣੇ ਵਿਆਖਿਆ 'ਚ ਲਾਸਟ ਐਪੀਸੋਡ 'ਚ ਰਾਹੂ ਬਾਰੇ ਆਪਾਂ ਨੇ ਗੱਲ ਕਰ ਲਈ ਸੀ ਕਿ ਰਾਹੂ ਹੈ ਕੀ। ਉਸੇ ਤਰ੍ਹਾਂ ਕੇਤੂ, ਅਗਰ ਰਾਹੂ ਤੁਹਾਨੂੰ ਦੁਨਿਆਵੇ ਵਿੱਚ ਜੋੜਦਾ ਹੈ ਤਾਂ ਕੇਤੂ ਦੁਨੀਆਂ ਤੋਂ ਦੂਰ ਕਰਦਾ ਜੀ। ਕੇਤੂ ਕਹਿੰਦਾ ਕਿ ਮੁਖ ਆਪਣੇ ਕਹਿੰਦਾ ਮੁਕਤੀ ਦਾ ਕਾਰਕ ਹੁੰਦਾ ਕੇਤੂ। ਕੇਤੂ ਜਿਸ ਤਰ੍ਹਾਂ ਆਪਾਂ ਕਹਿੰਦੇ ਰਾਹੂ, ਰਾਹੂ ਆਪਾਂ ਨੂੰ ਦੱਸਦਾ ਕਿ ਦੁਨੀਆਂ 'ਚ ਜਿੱਤਣਾ ਕਿਵੇਂ ਹੈ। ਕੇਤੂ ਦੱਸਦਾ ਕਿ ਤੁਸੀਂ ਆਪਣੇ ਆਪ 'ਤੇ ਕਿਵੇਂ ਜਿੱਤਣਾ। ਜਦੋਂ ਵਿਅਕਤੀ ਆਪਣੇ ਆਪ 'ਤੇ ਜਿੱਤਦਾ ਤਾਂ ਹੀ ਮੋਕਸ਼ ਦਾ ਕਾਰਨ ਮੋਕਸ਼ ਮਿਲਦਾ ਉਸਨੂੰ। ਇਸੇ ਕਰਕੇ ਕੇਤੂ ਦਾ ਮਤਲਬ ਮੋਕਸ਼। ਕੇਤੂ ਹੈ ਕੀ? ਕੇਤੂ ਦਾ ਆਪਣਾ ਅਰਥ ਹੀ ਕੇਤੂ ਹੈ ਕੀ ਜੀ। ਕੇਤੂ ਦਾ ਮਤਲਬ ਕਿ ਬੰਦਾ ਇਸ ਕੇਤੂ ਦੱਸਦਾ ਬੰਦੇ ਨੂੰ ਕਿ ਤੁਸੀਂ ਹੈ ਕੀ, ਤੁਸੀਂ ਕੀ ਕਰਨ ਆਇਆ ਦੁਨੀਆਂ 'ਚ ਮੁਕਤੀ ਲਈ ਜੀ। ਅਤੇ ਇਸੇ ਤਰ੍ਹਾਂ ਤਾਂ ਕੇਤੂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੇਤੂ ਨੂੰ ਸਮਝਣਾ ਆਸਾਨ ਨਹੀਂ ਹੈ। ਰਾਹੂ ਨੂੰ ਅਸੀਂ ਸੱਪ ਦਾ ਕਾਰਕ ਮੰਨਿਆ ਗਿਆ ਅਤੇ ਕੇਤ ਨੂੰ ਧੂੰਆਂ। ਜਿਸਦਾ ਰਾਹੂ ਦਾ ਆਪਣਾ ਇਹ ਨਹੀਂ ਪਤਾ ਕਿ ਸੱਪ ਚੱਲਦਾ ਹੋਇਆ ਤੁਹਾਡੇ ਕਿੰਨੀ ਸੱਪ ਆ ਤਾਂ ਕਿਵੇਂ ਆਏਗਾ, ਕਿੱਧਰੋਂ ਆਏਗਾ। ਉਸਦਾ ਉਸੇ ਤਰ੍ਹਾਂ ਕੇਤੂ ਹੈ, ਕੇਤੂ ਤੂੰ ਹੈ, ਤੂੰ ਇਹਨੂੰ ਤੁਸੀਂ ਪਕੜ ਨਹੀਂ ਸਕਦੇ ਜੀ। ਤਾਂ ਕੇਤੂ ਅਤੇ ਰਾਹੂ ਨੂੰ ਸਮਝਣਾ ਆਸਾਨ ਨਹੀਂ ਹੈ ਕਿਸੇ ਲਈ। ਇਸ ਲਈ ਸਮਝਣ ਲਈ ਇਸਦੇ ਕਿਸੇ ਪੰਜ ਤਰੀਕਿਆਂ ਨਾਲ ਇਸਨੂੰ ਆਪਾਂ ਸਮਝ ਸਕਦੇ ਹਾਂ ਕਿ ਜਿਸ ਤਰ੍ਹਾਂ ਕੇਤੂ ਬੈਠਾ ਕਿੱਥੇ, ਕਿਹੜੇ ਘਰ 'ਚ ਬੈਠਾ, ਉਸ ਘਰ ਦਾ ਸਵਾਮੀ ਕਿੱਥੇ ਬੈਠਾ, ਉਸਦੇ ਉੱਪਰ ਦ੍ਰਿਸ਼ਟੀ ਕਿਸਦੀ ਹੈ, ਕਿਸ ਨਛੱਤਰ ਬੈਠਾ, ਉਸ ਨਛੱਤਰ ਦਾ ਸਵਾਮੀ ਕੈਸਾ, ਇਹ ਸਾਰਾ ਕੁਛ ਦੇਖਣ ਤੋਂ ਬਾਅਦ ਕੇਤੂ ਦਾ ਆਪਾਂ ਪ੍ਰਡਿਕਸ਼ਨ ਦੇ ਸਕਦੇ ਹਾਂ। ਕੇਤੂ ਨੂੰ ਆਸਾਨੀ ਨਾਲ ਸਮਝਿਆ ਨਹੀਂ ਜਾ ਸਕਦਾ। ਬੜੇ ਬੜੇ ਜੋ ਆਪਣੇ ਜੋਤਿਸ਼ਾਚਾਰੀ ਹੈ ਉਹ ਵੀ ਇਸਨੂੰ ਬੜੀ ਮੁਸ਼ਕਿਲ ਨਾਲ ਸਮਝਦੇ ਹੈ, ਕਿਉਂਕਿ ਰਾਹੂ ਅਤੇ ਕੇਤੂ ਦੀ ਪ੍ਰਡਿਕਸ਼ਨ ਕਰਨੀ ਇੰਨੀ ਆਸਾਨ ਨਹੀਂ ਹੈ ਜਿੰਨੀ ਆਪਾਂ ਸਮਝ ਸਕਦੇ ਹਾਂ। ਕਿਉਂ ਰਾਹੂ ਅਤੇ ਕੇਤੂ ਆਪਣਾ ਹੈ ਤਾਂ ਉਹਨਾਂ ਦੀ ਇੱਕ ਇੰਡੀਵਿਜੁਅਲ ਪਾਵਰ ਤਾਂ ਹੁੰਦੀ ਹੈ, ਬਟ ਉਹ ਜਿਹੜੇ ਗ੍ਰਹਿ ਦੇ ਨਾਲ ਬੈਠਦੇ ਹੈ, ਜਿਹੜੇ ਘਰ 'ਚ ਬੈਠਦੇ ਹੈ, ਉਹ ਘਰ ਦੇ ਸਵਾਮੀ 'ਚ ਬੈਠ ਨਾਲ ਹੁੰਦੇ ਹੈ, ਉਸਦਾ ਹੀ ਰੂਪ ਲੈ ਲੈਂਦੇ ਹੈ। ਸਪੋਜ਼ ਕਰੋ ਅਗਰ ਕੇਤੂ ਦੀ ਆਪਾਂ ਕਹਿੰਦੇ ਹਾਂ ਦ੍ਰਿਸ਼ਟੀ, ਕੋਈ ਪਾਪ ਗ੍ਰਹਿ ਦੀ ਦ੍ਰਿਸ਼ਟੀ ਪੈ ਰਹੀ ਹੈ ਤਾਂ ਕੇਤੂ ਵੀ ਪਾਪੀ ਹੋ ਜਾਏਗਾ। ਆ ਕੇਤੂ ਦੇ ਉੱਪਰ ਕੋਈ ਅੱਛੇ ਗ੍ਰਹਿ ਦੀ ਦ੍ਰਿਸ਼ਟੀ ਪੈ ਰਹੀ ਹੈ, ਉਸ ਨਾਲ ਸੰਬੰਧ ਹੈ ਤਾਂ ਕੇਤੂ ਵੀ ਅੱਛਾ ਹੋ ਜਾਏਗਾ। ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੂੰਗਾ, ਅਗਰ ਕੇਤੂ ਮੰਗਲ ਦੇ ਨਾਲ ਹੈ ਜੀ ਤਾਂ ਇਸਨੂੰ ਅਸੀਂ ਸ਼ਰਾਪ ਯੋਗ ਮੰਨਣਾ, ਇਸਨੂੰ ਅਸੀਂ ਗਲਤ ਯੋਗ ਮੰਨਿਆ ਗਿਆ ਮੰਗਲ। ਅਗਰ ਇਹ ਕੇਤੂ ਗੁਰੂ ਦੇ ਨਾਲ ਹੈ ਤਾਂ ਇਹ ਯੋਗ ਅੱਛਾ ਮੰਨਿਆ ਗਿਆ, ਕਿਉਂਕਿ ਕੇਤੂ ਹੈ, ਗੁਰੂ ਹੈ ਗਿਆਨ ਦਾ ਕਾਰਕ ਜੀ। ਕੇਤੂ ਵੀ ਗਿਆਨ, ਕਿਉਂਕਿ ਆਪਣਾ ਅਗਰ ਮੁਕਤੀ ਚਾਹੀਦੀ ਤਾਂ ਗਿਆਨ ਵੀ ਤਾਂ ਬਹੁਤ ਜ਼ਰੂਰੀ ਹੈ। ਕੇਤੂ ਗਿਆਨ ਕਿੰਨੀ ਜ਼ਿਆਦਾ ਲੈ ਕੇ ਜਾਂਦਾ ਜੀ, ਕਿਉਂਕਿ ਕੇਤੂ ਕਹਿੰਦਾ ਕਿ ਮੈਂ ਇਸ ਮੁਕਤੀ ਦਾ ਰਸਤਾ ਦਿਖਾਉਂਦਾ। ਕੇਤੂ ਨੂੰ ਗਿਆਨ ਚਾਹੀਦਾ, ਕੇਤੂ ਨੂੰ ਲੌਜਿਕ ਨਹੀਂ ਚਾਹੀਦਾ, ਕਿਉਂਕਿ ਕੇਤੂ ਕੋਲ ਸਿਰ ਨਹੀਂ ਹੈ। ਜੇ ਅੱਗੇ ਸਿਰਾ ਤਾਂ ਹੀ ਦਿਮਾਗ ਹੋਏਗਾ, ਉਹ ਦਿਮਾਗ ਤਾਂ ਰਾਹੂ ਕੋਲ ਚਲਾ ਗਿਆ, ਤੁਹਾਡੇ ਕੋਈ ਦਿਮਾਗ, ਮਨ ਹੁੰਦਾ। ਕੇਤੂ ਆਪਣਾ ਮਨ ਹੈ, ਜਿਵੇਂ ਮਨ ਚੱਲੇਗਾ ਉਵੇਂ ਕੇਤੂ ਚੱਲੇਗਾ। ਤਾਂ ਇਸੇ ਕਹਿੰਦਾ ਮਨ 'ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡਾ ਆਪਣੇ ਕੋਲ ਜਦੋਂ ਕੇਤੂ ਕੋਲ ਸਿਰਫ ਮਨ ਹੈ, ਮਨ ਦੇ ਹਿਸਾਬ ਨਾਲ ਕੇਤੂ ਚੱਲਦਾ, ਤਾਂ ਮਨ ਨੂੰ ਕੀ ਚਾਹੀਦਾ? ਗਿਆਨ ਜੀ। ਲੌਜਿਕ ਨਹੀਂ ਚਾਹੀਦਾ, ਉਸਨੂੰ ਗਿਆਨ ਚਾਹੀਦਾ। ਲੌਜਿਕ ਕਿਸ ਨੂੰ ਚਾਹੀਦਾ? ਦਿਮਾਗ ਨੂੰ, ਰਾਹੂ ਨੂੰ। ਤਾਂ ਇਸੇ ਤਰ੍ਹਾਂ ਕੇਤੂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੇਤੂ ਇੱਕ ਛੋਟੀ ਆਪਣਾ ਛੋਟੇ ਦਾ ਗ੍ਰਹਿ ਨਹੀਂ ਹੈ, ਉਹ ਬਹੁਤ ਵੱਡਾ ਗ੍ਰਹਿ। ਕਿਸੇ ਜਿਸ ਤਰ੍ਹਾਂ ਆਪਾਂ ਨੂੰ ਕੋਈ ਮੋਕਸ਼ ਚਾਹੀਦਾ, ਧਿਆਨ ਦੀ ਗੱਲਾਂ ਚਾਹੀਦੀਆਂ, ਉਹ ਤਾਂ ਕੇਤੂ ਨਾਲ ਹੀ ਆਉਂਦੀ ਹੈ ਜੀ। ਅਗਰ ਆਪਾਂ ਕਹਿੰਦੇ ਇਮੋਸ਼ਨਲ, ਅਗਰ ਬੰਦਾ ਕਈ ਇਮੋਸ਼ਨਸ ਹੁੰਦਾ ਉਸਦੇ ਉੱਪਰ ਕੇਤੂ ਜ਼ਿਆਦਾ ਪ੍ਰਭਾਵਿਤ। ਤੁਸੀਂ ਦੇਖਿਆ ਨਾ, ਬੰਦਾ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੁੰਦਾ, ਕਾਫੀ ਇਮੋਸ਼ਨਲ ਗੱਲਾਂ ਕਰਦਾ ਹੈ, ਜਾਂ ਉਹਨੂੰ ਛੋਟੀ ਛੋਟੀ ਗੱਲ ਵੀ ਬੜੀ ਪਿੰਚ ਕਰ ਦਿੰਦੀ ਹੈ, ਤਾਂ ਉਹ ਕਿਤੇ ਨਾ ਕਿਤੇ ਉਸਦੀ ਕੁੰਡੀ ਦੇ ਉੱਪਰ, ਉਸ ਵਿਅਕਤੀ ਦੇ ਉੱਪਰ ਕੇਤੂ ਕਾਫੀ ਪ੍ਰਭਾਵੀ ਹੋਏਗਾ ਜੀ। ਇਸੇ ਤਰ੍ਹਾਂ ਜਿਸ ਤਰ੍ਹਾਂ ਰਾਹੂ ਅਗਰ ਦੇਣ ਚਾਹੁੰਦਾ, ਉਵੇਂ ਕੇਤੂ ਜਦ ਦੇਣ ਚਾਹੁੰਦਾ ਵੀ ਕਾਫੀ ਕੁਛ ਦੇ ਦਿੰਦਾ। ਜਦੋਂ ਕੇਤੂ ਲੈਣ ਚਾਹੁੰਦਾ ਤਾਂ ਕਾਫੀ ਕੁਛ ਲੈ ਵੀ ਜਾਂਦਾ ਜੀ। ਇਹ ਵਿੱਚ ਵਿਚਾਲੇ ਕੰਮ ਨਹੀਂ ਕਰਦੇ ਕਿ ਥੋੜ੍ਹਾ ਦੇਤਾ ਥੋੜ੍ਹਾ ਦੇਤਾ, ਉਹ ਇੱਕ ਪਾਸੇ ਚੱਲਦਾ, ਜਾਂ ਦੇ ਦੇਂਗੇ ਜਾਂ ਲੈ ਜਾਂਗੇ। ਬੰਦੇ ਨੂੰ ਕੋਈ ਨਸ਼ੇ ਦੀ ਆਦਤ ਪੈ ਜਾਂਦੀ ਹੈ, ਕੁਛ ਪੀ ਜਾਂਦੇ, ਉਹ ਆਪਾਂ ਨੂੰ ਰਾਹੂ ਕੇਤੂ ਦੇਖਣਾ ਪੈਂਦਾ ਹੈ ਕਿ ਉਹਨਾਂ ਦੀ
ਪੋਜੀਸ਼ਨ ਕਿਵੀ ਹੈ, ਉਹਨਾਂ ਦੀ ਦ੍ਰਿਸ਼ਟੀ ਕਿਵੇਂ ਹੈ, ਉਹਨਾਂ ਦੇ ਕਿਹੜੇ ਨਛੱਤਰ 'ਚ ਬੈਠੇ ਹੈ, ਕਾਫੀ ਕੁਛ ਦੇਖਣਾ ਪੈਂਦਾ ਹੈ। ਕਹਿੰਦੇ ਕਿ ਉਸ ਨਾਲ ਦੇਖ ਕੇ ਹੀ ਅਸੀਂ ਅੰਦਾਜ਼ਾ ਲਾਉਂਦੇ ਕਿ ਬੰਦੇ ਨੂੰ ਕਿਸ ਚੀਜ਼ ਦੀ ਕਮੀ ਹੈ, ਕਿਆ ਦਿੱਕਤ ਹੈ ਜੀ। ਅਤੇ ਕੁੰਡਲੀ ਦੇ ਵਿੱਚ ਰਾਹੂ ਅਤੇ ਕੇਤੂ ਇਕੱਠੇ ਹੋ ਸਕਦੇ ਨੇ? ਨਹੀਂ ਜੀ, ਰਾਹੂ ਅਤੇ ਕੇਤੂ ਕਦੀ ਇਕੱਠੇ ਨਹੀਂ ਹੁੰਦੇ। ਰਾ ਸਪੋਜ਼ ਕਰੋ ਅਗਰ ਰਾਹੂ ਪਹਿਲੇ ਘਰ 'ਚ ਬੈਠਾ ਹੈ ਤਾਂ ਕੇਤੂ 180 ਡਿਗਰੀ ਦੂਰ ਸੱਤਵੇਂ ਘਰ 'ਚ ਹੋਏਗਾ। ਦੋਨੋਂ ਆਹਮਣੇ ਸਾਹਮਣੇ ਹੁੰਦੇ, ਕਦੀ ਕਦੀ ਇਕੱਠੇ ਨਹੀਂ ਹੁੰਦੇ ਜੀ। ਅਤੇ ਤੁਸੀਂ ਗੱਲ ਕੀਤੀ ਕੁੰਡਲੀ ਦੇ ਘਰਾਂ ਦੀ, ਤਾਂ ਕੁੰਡਲੀ ਦੇ ਜਿਹੜੇ ਘਰ ਹੁੰਦੇ ਨੇ ਉਹਨਾਂ ਦੇ ਵਿੱਚ ਕੇਤੂ ਦੀ ਕਿਹੜੀ ਸਥਿਤੀ ਹੁੰਦੀ ਹੈ, ਕਿਹੜੀ ਦਸ਼ਾ ਚੱਲਦੀ ਹੈ ਕਿ ਇਨਸਾਨੀ ਜੀਵਨ ਨੂੰ ਜਿਹੜਾ ਬਦਲਾਵ ਆਉਂਦਾ ਹੈ, ਨੁਕਸਾਨ ਹੋ ਉਠਾਉਣਾ ਪੈ ਸਕਦਾ ਹੈ? ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਹੁਣੀ ਥੋੜ੍ਹੀ ਦੇਰ ਪਹਿਲਾਂ ਦੱਸ ਕੇ ਹਟਿਆ ਕਿ ਕੇਤੂ ਨੂੰ ਸਮਝਣ ਦੇ ਲਈ ਪੰਜ ਚੀਜ਼ਾਂ ਦੇਖਣੀ ਬਹੁਤ ਜ਼ਰੂਰੀ ਹੈ। ਪਹਿਲਾਂ ਕਿ ਕਿਹੜੇ ਘਰ 'ਚ ਬੈਠਾ ਹੈ, ਦੂਜਾ ਉਸਦਾ ਘਰ ਦਾ ਸਵਾਮੀ ਕਿੱਥੇ ਬੈਠਾ ਹੈ, ਤੀਜਾ ਕੇਤੂ ਕਿਹੜੇ ਨਛੱਤਰ 'ਚ ਬੈਠਾ ਹੈ, ਉਸਦਾ ਸਵਾਮੀ ਕਿੱਥੇ ਬੈਠਾ ਹੈ, ਚੌਥਾ ਉਸਦੀ ਆਪਣੀ ਪੁਜੀਸ਼ਨ ਕਿਵੇਂ ਹੈ, ਪੰਜਵਾਂ ਉਸਦੇ ਕੋਲ ਕਿਹੜੇ ਗ੍ਰਹਿ ਦੀ ਦ੍ਰਿਸ਼ਟੀ ਹੈ, ਬੁਰੇ ਗ੍ਰਹਿ ਦੀ ਦ੍ਰਿਸ਼ਟੀ ਹੈ ਅਤੇ ਚੰਗੇ ਗ੍ਰਹਿ ਦੀ ਦ੍ਰਿਸ਼ਟੀ ਹੈ। ਉਹ ਸਾਰਾ ਕੁਝ ਦੇਖਣ ਤੋਂ ਬਾਅਦ ਆਪਾਂ ਕੇਤੂ ਦੀ ਪ੍ਰੇਡਿਕਸ਼ਨ ਕਰਦੇ ਹਾਂ ਕਿ ਕੇਤੂ ਤੁਹਾਡਾ ਚੰਗਾ ਹੈ ਜਾਂ ਮਾੜਾ ਹੈ। ਮੈਂ ਤੁਹਾਨੂੰ ਦੱਸਿਆ ਕੇਤੂ ਅਤੇ ਰਾਹੂ ਨੂੰ ਸਮਝਣ ਲਈ ਸਮਝਣਾ ਆਸਾਨ ਨਹੀਂ ਹੈ, ਬਹੁਤ ਔਖਾ ਹੈ ਕੇਤੂ ਅਤੇ ਰਾਹੂ ਨੂੰ ਸਮਝਣਾ ਜੀ। ਅਤੇ ਇਨਸਾਨੀ ਜੀਵਨ ਦੇ ਵਿੱਚ ਕੀ ਬਦਲਾਵ ਆਉਂਦਾ, ਵਿਵਹਾਰ ਦੀ ਗੱਲ ਕੀਤੀ ਜਾਵੇ ਤਾਂ ਵਿਵਹਾਰ ਕਿਵੇਂ ਚੇਂਜ ਹੁੰਦਾ ਬੰਦੇ ਦਾ ਜੇਕਰ ਉਹਦੇ ਕੁੰਡਲੀ ਦੇ ਵਿੱਚ ਕੇਤੂ ਹੋਵੇ? ਦੇਖੋ ਕੇਤੂ ਤਾਂ ਹਰੇਕ ਦੀ ਕੁੰਡਲੀ 'ਚ ਹੁੰਦਾ। ਕੇਤੂ ਤੇਰਾ ਉਹ ਨੌ ਦੇ ਨੌ ਗ੍ਰਹਿ ਹਰੇਕ ਦੀ ਕੁੰਡਲੀ 'ਚ ਹੁੰਦਾ। ਆਪਾਂ ਗ੍ਰਹਿ ਦੀ ਪੁਜੀਸ਼ਨ ਦੇਖੀ ਤੇ ਪੁਜੀਸ਼ਨ ਕਿਵੇਂ। ਫੋਰ ਐਗਜ਼ਾਮਪਲ ਅਗਰ ਕੇਤੂ ਆਪਾਂ ਕਹਿੰਦੇ ਬੁਰਾ ਪ੍ਰਭਾਵ ਦੇ ਰਿਹਾ, ਆਪਾਂ ਅਗਰ ਕੇਤੂ ਬੁੱਧ ਗ੍ਰਹਿ ਦੇ ਨਾਲ ਹੈ ਤਾਂ ਉਹ ਆਪਾਂ ਉਸਨੂੰ ਮੰਨਿਆ ਗਿਆ ਕਿ ਅਗਰ ਕੇਤੂ ਬੁੱਧ ਦੇ ਨਾਲ ਤਾਂ ਅੱਛਾ ਪ੍ਰਭਾਵ ਨਹੀਂ ਦੇਗਾ। ਉਹਦਾ ਰੀਜ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸੋ ਗਿਆ ਕਿ ਕੇਤੂ ਨੂੰ ਲੌਜਿਕ ਨਹੀਂ ਚਾਹੀਦਾ ਜੀ, ਕਿ ਬੁੱਧ ਗ੍ਰਹਿ ਲੌਜਿਕ ਦਾ ਗ੍ਰਹਿ, ਦਿਮਾਗ ਦਾ ਗ੍ਰਹਿ, ਤਾਂ ਕੇਤੂ ਨੂੰ ਮਨ ਚਾਹੀਦਾ ਤਾਂ ਦੋਨੋਂ ਆਪਸ ਸ਼ਤਰੂ ਗਏ। ਤਾਂ ਜਦੋਂ ਵੀ ਬੁੱਧ ਦੇ ਨਾਲ ਕੇਤੂ ਹੋਏਗਾ ਤਾਂ ਕੋਈ ਨਾ ਕੋਈ ਦਿੱਕਤ ਤੁਹਾਨੂੰ ਦੇਗਾ ਅਚਾਨਕ, ਜਦੋਂ ਮੇਨ ਫੈਸਲਾ ਲੈਣ ਦਾ ਟਾਈਮ ਆਏਗਾ ਤੁਸੀਂ ਕੋਈ ਨਾ ਕੋਈ ਉਲਟ ਪੁਲਟ ਫੈਸਲਾ ਲੈ ਲਓਗੇ ਜੀ। ਅਗਰ ਉਹੀ ਤੁਹਾਨੂੰ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ, ਅਗਰ ਕੇਤੂ ਗੁਰੂ ਗ੍ਰਹਿ ਦੇ ਨਾਲ ਹੈ ਤੁਹਾਡੀ ਨੌਲੇਜ ਨੂੰ 10 ਥਰ ਬਹੁਤ ਵੱਡਾ ਕਰ ਦੇਗਾ, ਤੁਹਾਨੂੰ ਕਾਫੀ ਗਿਆਨ ਦੀ ਗੱਲਾਂ ਮਿਲੇਗੀਆਂ। ਇਸ ਤਰ੍ਹਾਂ ਅਸੀਂ ਪੁਜੀਸ਼ਨ ਦੇਖਦੇ ਹਾਂ ਕਿ ਕਿਵੇਂ ਕੇਤੂ। ਕੇਤੂ ਇੱਕ ਰਹੱਸਮੀ ਗ੍ਰਹਿ ਵੀ ਹੈ। ਕੇਤੂ ਚੰਦਰਮਾ ਦੀ ਡਾਰਕ ਸਾਈਡ ਦਾ ਗ੍ਰਹਿ, ਚੰਦਰਮਾ ਜਿਹਦਾ ਕਾਲਾ ਪਨ ਹੈ ਉਹ ਕੇਤੂ ਉਸਨੂੰ ਮੰਨਿਆ ਗਿਆ, ਜਿਸ ਕਰਕੇ ਅਸੀਂ ਕਹਿੰਦੇ ਉਹ ਰਹੱਸਵਾਦੀ ਗ੍ਰਹਿ ਵੀ ਹੈ ਕੇਤੂ। ਇਸੇ ਕਰਕੇ ਮੈਂ ਵਾਰ ਵਾਰ ਕਹਿੰਦਾ ਕੇਤੂ ਨੂੰ ਸਮਝਣਾ ਆਸਾਨ ਨਹੀਂ ਹੈ। ਕੇਤੂ ਨੂੰ ਕਈ ਬਿਮਾਰੀ ਵੀ ਐਸੀ ਹੁੰਦੀ ਹੈ ਜਿਸਨੂੰ ਪਕੜ 'ਚ ਵੀ ਨਹੀਂ ਆਉਂਦੀਆਂ ਡਾਕਟਰ ਦੇ। ਆਪਾਂ ਕਈ ਵਾਰ ਲੋਕ ਤੁਸੀਂ ਸੋਚਦੇ ਹੋਣੇ ਕਿ ਮੈਂ ਵਾਰ ਵਾਰ ਟੈਸਟ ਕਰਾਂ ਕੋਈ ਪਕੜ 'ਚ ਨਹੀਂ ਆ ਰਹੀ, ਫਿਰ ਮੈਨੂੰ ਦਿੱਕਤ ਆ। ਉਹ ਕਈ ਐਸੀ ਬਿਮਾਰੀ ਜੋ ਕੇਤੂ ਦੇ ਰਿਲੇਟਡ ਹੁੰਦੀ ਹੈ ਕਿ ਬੰਦੇ ਪਕੜ 'ਚ ਨਹੀਂ ਆਉਂਦੇ ਜ਼ਿਆਦਾ, ਭਾਵੇਂ ਤਾਂ ਪਿਸ਼ਾਬ ਦੀ ਜਿਹੜੀ ਬਿਮਾਰੀ ਹੁੰਦੀ ਹੈ, ਪਿਸ਼ਾਬ ਦੀ ਯੂਰਿਨ ਪਾੜ ਦੀ, ਉਹ ਪਿਸ਼ਾਬ ਵੀ ਬੰਦੇ ਨੂੰ ਲੱਗ ਕੇ ਆਉਂਦਾ ਜਾਂ ਦਰਦ ਨਾਲ ਆਉਂਦਾ ਪੇਟ ਦੀ। ਯਾਨੀ ਕਾਫੀ ਬਿਮਾਰੀ ਹੈ ਜੋ ਕੇਤੂ ਦੇ ਰਿਲੇਟਡ ਵੀ ਆਉਂਦੀ ਹੈ। ਕੈਂਸਰ ਦਾ ਕਾਰਨ ਵੀ ਕਈ ਵਾਰ ਕੇਤੂ ਬੰਦਾ, ਉਹ ਦੇਖਣਾ ਪੈਂਦਾ ਪੁਜੀਸ਼ਨ ਕੈਸੀ ਕਿਵੇਂ ਨੇ ਜੀ। ਬਿਲਕੁਲ ਮਿੱਤਲ ਸਾਹਿਬ, ਤੁਸੀਂ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਅਤੇ ਦੱਸਿਆ ਕਿ ਕੇਤੂ ਗ੍ਰਹਿ ਇਨਸਾਨੀ ਜੀਵਨ ਦੇ ਵਿੱਚ ਕੀ ਮਹੱਤਵ ਰੱਖਦਾ ਹੈ, ਅਤੇ ਕੁੰਡਲੀ ਦੇ ਵਿੱਚ ਕਿਸ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਉਹਦੀ, ਅਤੇ ਇਨਸਾਨੀ ਜੀਵਨ ਦੇ ਉੱਤੇ ਕੀ ਪ੍ਰਭਾਵ ਪਾਉਂਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸੋ ਇਹ ਸੀ ਕੇਤੂ ਬਾਰੇ ਬੇਸਿਕ ਜਾਣਕਾਰੀ, ਮੁੱਢਲੀ ਜਾਣਕਾਰੀ, ਅਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਕੇਤੂ ਦੇ ਨਾਲ ਜੁੜੇ ਹੋਏ ਉਪਾਵਾਂ ਬਾਰੇ ਚਰਚਾ ਕਰਾਂਗੇ, ਅਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਆਪਣਾ ਲਾਈਵ ਪ੍ਰੋਗਰਾਮ ਵੀ ਲੈ ਕੇ ਆਵਾਂਗੇ ਜਿਹਦੇ ਵਿੱਚ ਤੁਸੀਂ ਆਪਣੇ ਸਵਾਲ ਸਾਨੂੰ ਪੁੱਛ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, ਅਤੇ ਨਾਲ ਹੀ ਅਪੀਲ ਹੈ ਕਿ ਜਦੋਂ ਇਹ ਸਾਡਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋਵੋਗੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਆਪਣੇ ਸਵਾਲ ਜ਼ਰੂਰ ਦੱਸਿਓ, ਅਸੀਂ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਨਵੇਂ ਨੁਕਤੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।